ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਮੈਂ ਸ਼ੈਲ ਟੈਕ ਕ੍ਰੋਪ ਸਾਇੰਸ ਦੇ ਵਿੱਚ ਤੁਹਾਡਾ ਸਖਤ ਸਵਾਗਤ ਕਰਦਾ ਤੇ ਆਪਣੇ ਨਾਲ ਫਾਰਮਰ ਹੈਗੇ ਆ ਤੇ ਸਬਜ਼ੀ ਦੀ ਖੇਤੀ ਕਰਦੇ ਨੇ ਇਹ ਤੁਹਾਨੂੰ ਦੱਸਣਗੇ ਸ਼ੈਲ ਟੈਕ ਦੀ ਦਵਾਈ ਦੇ ਬਾਰੇ ਵੀ ਕਿਵੇਂ ਇਹਨਾਂ ਨੂੰ ਵਧੀਆ ਰਿਜ਼ਲਟ ਮਿਲਿਆ ਹੈ ਹਾਂਜੀ ਤੁਸੀਂ ਆਪਣੇ ਬਾਰੇ ਦੱਸੋ ਜੀ ਮੇਰਾ ਨਾਮ ਮੁਹੰਮਦ ਸਦੀਕ ਹੈ ਹਾਂਜੀ ਮੈਂ 2 ਕਿੱਲੇ ਸਬਜ਼ੀ ਕਰਦਾ ਹਾਂ ਹਾਂਜੀ ਗੋਭੀ ਮੂਲੀ ਸਲਜਮ ਧਨੀਆ ਖੀਰਾ ਟਮਾਟਰ ਘੀਆ ਕੱਦੂ ਠੀਕ ਹੈ ਜੀ ਇਹ ਸਾਰੀ ਸਬਜ਼ੀ ਮੈਂ ਕਰਦਾ ਹਾਂ ਉਸੇ ਪਹਿਲੇ ਕਈ ਵਾਰ ਇਸ ਵੇਲੇ ਕਰ ਬਾਜ਼ਾਰ 'ਚ ਲਿਆ ਕੇ ਕਰੀ ਸੁੰਡੀ ਨਹੀਂ ਮਰੀ ਠੀਕ ਹੈ ਜੀ ਫਿਰ ਇਹ ਦੁਬਾਰਾ ਗਿਰੀ ਹੈ ਅਤੇ ਇਸੇ ਸੁੰਡੀ ਮਰ ਗਈ ਠੀਕ ਹੈ ਜੀ ਦੇਖੋ ਜੀ ਇਹਨਾਂ ਨੂੰ ਸੁੰਡੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਅਤੇ ਇਹ ਮੇਰੇ ਟੱਚ ਦੇ ਵਿੱਚ ਕਾਫੀ ਸਮੇਂ ਤੋਂ ਹੈਗੇ ਆ ਫਾਰਮਰ ਅਤੇ ਆਪਾਂ ਇਹਨਾਂ ਨੂੰ ਵਧੀਆ ਦਵਾਈ ਰਿਕਮੈਂਡ ਕਰਦੇ ਆ ਜੀ ਅਤੇ ਇਸ ਕਰਕੇ ਇਹ ਕਈ ਸਾਲ ਤੋਂ ਸਾਡੇ ਨਾਲ ਜੁੜੇ ਆ ਜੀ ਦੇਖੋ ਸਬਜ਼ੀ ਦੇ ਵਿੱਚ ਸਭ ਤੋਂ ਵਧੀਆ ਦਵਾਈ ਜਿਹੜੀ ਆ ਉਹੀ ਕੰਮ ਕਰਦੀ ਹੈ ਕੋਈ ਵੀ ਦਵਾਈ ਜਿੱਦਾਂ ਮੰਨ ਲਓ ਆਪਾਂ ਗਲਤ ਦਵਾਈ ਕਰਦੇ ਹਾਂ ਉਹ ਪ੍ਰੋਪਰ ਰਿਜ਼ਲਟ ਨਹੀਂ ਦਿੰਦੀ ਜੀ ਠੀਕ ਹੈ ਜੀ ਅਤੇ ਇਸ ਕਰਕੇ ਇਹਨਾਂ ਨੇ ਸ਼ੈਲ ਟੈਕ ਕ੍ਰੋਪ ਸਾਇੰਸ ਕੰਪਨੀ ਦੀ ਜਿਲਕੋ ਦਵਾਈ ਆਪਣੇ ਖੇਤ ਦੇ ਵਿੱਚ ਪਾਈ ਸੀਗੀ ਅੱਛਾ ਜੀ ਅਤੇ ਜਿਹੜਾ ਕਿ ਇਹਨਾਂ ਨੇ ਗੋਭੀ ਦੇ ਵਿੱਚ ਯੂਜ਼ ਕੀਤੀ ਹੈ ਬਹੁਤ ਵਧੀਆ ਇਹਨਾਂ ਨੂੰ ਰਿਜ਼ਲਟ ਮਿਲਿਆ ਜੀ ਠੀਕ ਹੈ ਜੀ ਅਤੇ ਇਹ ਹੋਰ ਫਾਰਮਰ ਨੂੰ ਵੀ ਕਹਿ ਰਹੇ ਨੇ ਤੁਸੀਂ ਵੀ ਵਰਤ ਕੇ ਦੇਖੋ ਯੂਜ਼ ਕਰੋ ਇਹਨਾਂ ਨੂੰ ਕਈ ਫਾਰਮਰ ਮਿਲਦੇ ਨੇ ਜੋ ਇਹਨਾਂ ਤੋਂ ਪੁੱਛਦੇ ਨੇ ਵੀ ਤੁਸੀਂ ਗੋਭੀ ਦੇ ਵਿੱਚ ਕਿਹੜੀ ਸਪਰੇ ਕੀਤੀ ਹੈ ਜੋ ਅੱਜ ਦੀ ਡੇਟ ਦੇ ਵਿੱਚ ਇੰਨੀ ਜ਼ਿਆਦਾ ਸੁੰਡੀ ਕੰਟਰੋਲ ਹੈਗੀ ਹੈ ਠੀਕ ਹੈ ਜੀ ਹਾਂਜੀ ਨਹੀਂ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਸੁੰਡੀ ਦੀ ਅੱਛਾ ਜੀ ਅਤੇ ਆਪਣਾ ਸ਼ੈਲ ਟੈਕ ਕੰਪਨੀ ਦੀ ਜਿਹੜੀ ਦਵਾਈ ਹੈ ਇਹ ਤੁਸੀਂ ਯੂਜ਼ ਕਰਕੇ ਦੇਖੋ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਸਿਫਾਰਸ਼ ਕਰਾਂਗੇ ਠੀਕ ਹੈ